ਜਦੋਂ ਤੁਹਾਡੇ ਕੋਲ ਪੈਸਾ ਆਉਂਦਾ ਸਭ ਕੁਛ ਆ ਜਾਂਦਾ ਆ ਜਾਂ ਪੈਸਾ ਦੇ ਨਾਲ ਸਭ ਕੁਛ ਨਹੀਂ ਆਉਂਦਾ? ਮੈਨੂੰ ਲੱਗਦਾ ਜੇ ਪੈਸੇ ਨੂੰ ਕਮਾ ਕੇ ਅਕਲ ਨਹੀਂ ਆਈ ਤਾਂ ਫਿਰ ਪੈਸਾ ਵੀ ਨਹੀਂ ਆਇਆ। ਕਿਸੇ ਨੇ ਮੈਨੂੰ ਕਿਹਾ ਮੈਂ ਤਾਂ ਗੱਡੀ ਨਹੀਂ ਲਈ ਹੋਈ, ਮੈਂ ਤਾਂ ਹੈ ਨਾ ਮੰਮੀ ਨੂੰ ਫੋਨ ਕਰਦੀ, ਮੰਮੀ ਕੋਈ ਗੱਡੀ ਖੜੀ ਆ ਭੇਜ ਦਿਓ, ਸ਼ੂਟ ਤੋਂ ਫੋਨ ਕਰਦੇ ਆ। ਤਾਂ ਮੈਨੂੰ ਮੇਰੇ ਟੀਮ ਵਾਲੇ ਡਾਂਟ ਰਹੇ ਸੀ ਸਾਰਿਆਂ ਨਾਲ, ਮੇਰਾ ਬ੍ਰਦਰ ਵੀ ਕਹਿੰਦਾ ਤੂੰ ਯਾਰ ਪੰਜਾਬ 'ਚ ਫਿਲਮਾਂ ਕਰਦੀਆਂ, ਤੂੰ ਆਹ ਕਰਦੀਆਂ, ਤੂੰ ਆਪਦੇ ਲਈ ਗੱਡੀ ਨਹੀਂ ਲੈਂਦੀ। ਕਹਿੰਦੇ ਜਦੋਂ ਸਰਗੁਣ ਟੀਵੀ ਤੇ ਆਉਂਦੀ ਹੁੰਦੀ ਸੀਗੀ ਨਾ ਤਾਂ ਜਦੋਂ ਡਾਂਸ ਕਰਦੇ ਸੀਗੇ ਜਰਨੀ ਵੇਲੇ ਸਟਾਰਟਿੰਗ ਵੇਲੇ, ਉਸ ਟਾਈਮ ਸਰਗੁਣ ਦੇ ਉੱਪਰ ਕੋਈ ਪੈਸਾ ਲਾਉਣਾ ਚਾਹੁੰਦਾ ਸੀਗਾ, ਅੱਜ ਸਰਗੁਣ ਕਿਸੇ ਦੇ ਉੱਤੇ ਪੈਸਾ ਇਨਵੈਸਟ ਕਰਦੀ ਆ? ਕਿ ਜਦੋਂ ਅਮਰਿੰਦਰ ਭਾਅ ਜੀ ਨੇ ਮੈਨੂੰ ਪਹਿਲਾਂ ਬ੍ਰੇਕ ਦਿੱਤਾ ਸੀ ਨਾ, ਮੈਨੂੰ ਰਿਲਾਈਜ਼ ਹੋਇਆ, ਮੈਂ ਉਸ ਟਾਈਮ 'ਚ ਕਹਿੰਦੀ ਸੀ ਕਿ ਯਾਰ ਨਵੀਂ ਕੁੜੀਆਂ 'ਤੇ ਬਿਲੀਵ ਤਾਂ ਕਰਨਾ ਚਾਹੀਦਾ, ਨਵੇਂ ਮੁੰਡਿਆਂ 'ਤੇ, ਨਵੀਂ ਕੁੜੀਆਂ 'ਤੇ, ਹਰ ਇੰਡਸਟਰੀ 'ਚ ਕਰਨਾ ਚਾਹੀਦਾ। ਅਤੇ ਇੱਥੇ ਵੀ ਜਦੋਂ ਮੈਂ ਸੀਰੀਅਲ 'ਚ ਮੇਰੀ ਕਾਸਟਿੰਗ ਹੁੰਦੀ ਆ, ਕਿਤੇ ਵੀ ਹੁੰਦੀ ਆ, ਕਹਿੰਦੇ ਉਹਨੂੰ ਲੈ ਲਓ, ਫਲਾਣੇ ਨੂੰ ਲੈ ਲਓ, ਹੈ ਨਾ। ਮੈਂ ਕਹਿੰਦੀ ਨਹੀਂ, ਪਹਿਲਾਂ ਆਪਾਂ ਆਡੀਸ਼ਨ ਹੋਲਡ, ਕੁੜੀਆਂ ਕੁਛ ਵੀ ਕਰ ਸਕਦੀਆਂ, ਜਦੋਂ ਕੋਈ ਟਰਾਈ ਕਰਨ ਲੱਗ ਜਾਏ ਨਾ ਉਹ ਆਪਣੇ ਆਪ ਕੁਛ ਨਾ ਉਹ ਰਾਹ ਕੱਢ ਲੈਂਦਾ। ਮੈਨੂੰ ਇਹ ਲੱਗਦਾ ਕਿ ਸਾਡੀ ਇੰਡਸਟਰੀ ਦੇ ਵਿੱਚ ਇੱਦਾਂ ਦੇ ਆਰਟਿਸਟ ਜ਼ਰੂਰ ਆਉਣੇ ਚਾਹੀਦੇ ਨੇ ਜਿਹੜਾ ਕਿ ਸੋਚਦੇ ਨੇ ਕਿ ਸਾਡਾ ਇਹੀ ਹਜੇ ਯੂਨੋ ਇੱਥੇ ਸਾਡਾ ਯੂਨੋ ਸਟੇ ਨਹੀਂ ਹੈਗਾ, ਅਸੀਂ ਹੋਰ ਅੱਗੇ ਵਧਣਾ ਆ। ਐਂਡ ਵਧਦੇ ਵਧਦੇ ਜਦੋਂ ਉਹ ਪ੍ਰੋਡਿਊਸਰ ਬਣ ਜਾਂਦੇ ਨੇ ਨਾ, ਦੈਨ ਉਹਨਾਂ ਦੀ ਜਰਨੀ ਨੂੰ ਦੇਖਣ ਦਾ ਜਾਣਨ ਦਾ ਸਵਾਲ ਹੀ ਵੱਖਰਾ ਹੁੰਦਾ। ਸੋ ਪਲੀਜ਼ ਵੈਲਕਮ ਸਰਗੁਣ ਮਹਿਤਾ। ਐਂਡ ਕਿਵੇਂ ਹੋ ਤੁਸੀਂ? ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਟੀਵੀਆਂ ਤੋਂ ਉੱਠ ਕੇ ਆਪਦਾ ਟੀਵੀ ਕ੍ਰੀਏਟ ਕੀਤਾ ਤੁਸੀਂ, ਤਾਂ ਇਹ ਜਰਨੀ ਬਹੁਤ ਐਕਸਾਈਟਿਡ ਐਂਡ ਬੜੀ ਇੱਕ ਇੰਸਪੀਰੇਸ਼ਨਲ ਜਰਨੀ ਆ, ਹਨਾ। ਇਹ ਜਰਨੀ ਤੁਹਾਨੂੰ ਆਪ ਨੂੰ ਕਿੰਨੀ ਐਕਸਾਈਟਿਡ ਲੱਗਦੀ ਹੈ ਡੇ ਬਾਏ ਡੇ ਚੈਲੰਜਸ ਨਾਲ, ਯੂ ਨੋ, ਹੋਪਸ ਨਾਲ, ਪੋਜ਼ਿਟਿਵਿਟੀ ਨਾਲ, ਸਕਸੈਸ ਦੇ ਨਾਲ? ਸ਼ੁਰੂ ਸ਼ੁਰੂ 'ਚ ਐਕਸਾਈਟਮੈਂਟ ਬਹੁਤ ਸੀ, ਹਾਂ, ਤੇ ਨਰਵਸਨੈਸ ਬਹੁਤ ਘੱਟ ਸੀ। ਹਾਂ, ਹੁਣ ਨਰਵਸਨੈਸ ਜ਼ਿਆਦਾ ਹੈ, ਐਕਸਾਈਟਮੈਂਟ ਘੱਟ ਹੋ ਜਾਂਦੀ ਹੈ। ਹਾਂ, ਬਿਲੀਫ ਬਣ ਗਿਆ ਤਾਂ। ਹਾਂ, ਮੈਨੂੰ ਲੱਗਦਾ ਹੈ ਕਿ ਕਿਸੇ ਵੀ ਚੀਜ਼ ਦਾ ਸਭ ਤੋਂ ਵੱਡਾ ਘਾਟਾ ਸਾਡੀ ਜ਼ਿੰਦਗੀ 'ਚ ਇਹ ਆ, ਹਾਂ, ਕਿ ਆਪਾਂ ਉਹਨੂੰ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਨਾਲ ਤੋਲਣ ਲੱਗ ਜਾਂਦੇ ਹਾਂ। ਜਦੋਂ ਮੈਂ ਪਹਿਲੀ ਵਾਰੀ ਉਡਾਰੀਆਂ ਸ਼ੁਰੂ ਕੀਤਾ ਸੀ ਨਾ, ਮੈਨੂੰ ਇਸ ਸ਼ੋਅ ਤੋਂ ਕੋਈ ਐਕਸਪੈਕਟੇਸ਼ਨ, ਕੋਈ ਉਮੀਦ ਨਹੀਂ ਸੀ। ਮੈਨੂੰ ਸਿਰਫ ਐਕਸਾਈਟਮੈਂਟ ਸੀ ਕਿ ਮੇਰੀ ਲਿਖੀ ਹੋਈ ਕਹਾਣੀ ਦੁਨੀਆ ਦੇਖੋ, ਦੈਟਸ ਇਟ। ਇੰਨਾ ਮੈਨੂੰ ਪਤਾ ਸੀ ਕਿ ਅੱਛਾ ਕਿਸੇ ਤਰੀਕੇ ਨਾਲ ਇੱਕ ਸੈੱਟ ਬਣ ਜੂਗਾ, ਮੈਂ ਲੋਕਾਂ ਨੂੰ ਲਿਆਉਣਾ, ਮੈਂ ਪ੍ਰੋਡਿਊਸਰ ਬਣ ਜੂੰਗੀ, ਕੋਈ ਮੇਰੀ ਲਿਖੀ ਹੋਈ ਲਾਈਨ ਪੜ੍ਹ ਕੇ ਬੋਲੂਗਾ, ਐਂਡ ਅੱਛਾ ਸਟਾਰ ਬਣ ਜੂਗਾ, ਅੱਛਾ ਬਹੁਤ ਵੱਡਾ ਹੋ ਜੂਗਾ। ਡਿਲਿਊਜ਼ਨਲ ਸੀਗੀ, ਮੈਨੂੰ ਨਹੀਂ ਪਤਾ ਸੀ ਕਿ ਆ ਵੀ ਹੋ ਸਕਦਾ ਕਿ ਨਾ ਚੱਲੋ, ਮੈਨੂੰ ਲੱਗਦਾ ਸੀ ਪੂਰੀ ਦੁਨੀਆ ਦੇਖੂਗੀ। ਹੁਣ ਮੈਨੂੰ ਜਦੋਂ ਕੋਈ ਗ੍ਰਾਫ, ਚਾਰਟ, ਰਿਸਰਚ ਐਂ ਹੋ ਸਕਦਾ ਹੈ, ਮੈਨੂੰ ਲੱਗਦਾ ਹੈ ਓ ਮਾਈ ਗੋਡ, ਨਹੀਂ 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 ਨਹੀਂ, ਮੈਨੂੰ ਨਹੀਂ ਪੈਣਾ ਇਹਨਾਂ ਚੀਜ਼ਾਂ 'ਚੋਂ। ਹੁਣ ਮੈਨੂੰ ਬਲਕਿ ਲੱਗਦਾ ਕਿ ਆਈ ਵਾਂਟ ਟੂ ਗੋ ਬੈਕ ਟੂ ਦੀ ਓਰਿਜਿਨਲ ਮੀ, ਕਿ ਜਿਹਨੂੰ ਸਿਰਫ ਐਕਸਾਈਟਮੈਂਟ ਸੀਗੀ ਇਸ ਸ਼ੋਅ ਦੀ, ਜਿਹਨੂੰ ਕੋਈ ਉਮੀਦ ਨਹੀਂ ਸੀ ਉਡਾ। ਮੈਂ ਇੱਕ ਜੈਨੂਅਲ ਰਿਵਿਊ ਦਵਾਂ? ਹਾਂਜੀ। ਤੁਹਾਨੂੰ ਮੇਬੀ ਆਈ ਡੋਂਟ ਨੋ, ਤੁਸੀਂ ਫੀਲ ਨਾ ਕਰਿਓ, ਮੈਨੂੰ ਐਂ ਸੀਗਾ ਕਿ ਤੁਸੀਂ ਜਦੋਂ ਉਡਾਰੀਆਂ ਸ਼ੁਰੂ ਕੀਤਾ ਨਾ, ਟੀਵੀ ਬੰਦ ਹੋਣ ਦੇ ਚਾਂਸਿਸ ਸੀਗੇ, ਕਿਉਂਕਿ ਸੋਸ਼ਲ ਮੀਡੀਆ ਬਹੁਤ ਐਕਟਿਵ ਹੋ ਗਿਆ, ਲੋਕ ਹਰ ਇੱਕ ਚੀਜ਼ ਸੋਸ਼ਲ ਮੀਡੀਆ ਦੇਖਣਾ ਪਸੰਦ ਕਰਦੇ ਆ। ਮੈਨੂੰ ਐਂ ਲੱਗਦਾ ਕਿ ਤੁਹਾਡੇ ਕੰਟੈਂਟ ਨੇ ਜਾਂ ਕੁਛ ਕੰਟੈਂਟ ਜਿਹੜੇ ਬਾਕੀ ਚੈਨਲਸ ਤੇ ਆਉਂਦੇ ਆ, ਉਹਨਾਂ ਨੇ ਟੀਵੀਆਂ ਨੂੰ ਫਿਰ ਜਗਾਤਾ। ਵਾਹ, ਆ ਤਾਂ ਬਹੁਤ ਹੀ ਵੱਡਾ ਕੰਪਲੀਮੈਂਟ ਹੋ ਗਿਆ। ਮਤਲਬ ਤੁਸੀਂ ਇਹ ਚੀਜ਼ ਸੋਚਦੇ ਹੋ, ਕਿਉਂਕਿ ਮੈਨੂੰ ਲੱਗਦਾ ਕਿ ਤੁਹਾਡੇ ਕਲਰਸ ਤੋਂ ਉਡਾਰੀਆਂ 'ਚ ਉੱਠ ਕੇ ਲੋਕ ਬਿਗ ਬੋਸ ਤੱਕ ਗਏ ਆ, ਹੈ ਨਾ। ਮੇ ਵੀ ਪਤਾ ਨਹੀਂ ਕਿਤੇ ਭਾਗ ਲੱਗੇ ਆ, ਕਿਤੇ ਪੈਰ ਤੁਹਾਡੇ ਸੈੱਟ 'ਤੇ ਪਏ ਆ, ਜਾਂ ਕਿਸਮਤ ਕਹਿ ਲਓ, ਲੱਕ ਕਹਿ ਲਓ, ਮਿਹਨਤ ਕਹਿ ਲਓ, ਜੋ ਵੀ ਨਾਮ ਇਹਨੂੰ ਦੇਣਾ ਦੇ ਲਓ। ਮੈਨੂੰ ਇਹ ਲੱਗਦਾ ਕਿ ਸਰਗੁਣ ਦਾ ਉਡਾਰੀਆਂ ਪ੍ਰੋਡਿਊਸ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ, ਜਾਂ ਸਰਗੁਣ ਪ੍ਰੋਡਿਊਸ ਨਹੀਂ ਸੌਖਾ ਜਿਹਾ ਕਰਦੀ। ਨਹੀਂ, ਪ੍ਰੋਡਿਊਸ ਤਾਂ ਬਿਲਕੁਲ ਵੀ ਸੌਖਾ ਨਹੀਂ ਹੈ, ਪ੍ਰੋਡਿਊਸ ਕਰਨਾ ਤਾਂ ਕੁਛ ਵੀ ਨਹੀਂ ਸੌਖਾ, ਗਾਣਾ ਵੀ ਨਹੀਂ ਸੌਖਾ ਪ੍ਰੋਡਿਊਸ ਕਰਨਾ, ਤਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ।
ਸੋ ਆਈ ਫੀਲ ਪ੍ਰੋਡਕਸ਼ਨ ਤਾਂ ਵੈਸੇ ਹੀ ਬਹੁਤ ਔਖਾ ਹੈ ਬਟ ਉਡਾਰੀਆਂ ਉਡਾਰੀਆਂ ਜਾਂ ਜਿਹੜਾ ਵੀ ਸ਼ੋਅ ਆ ਨਾ ਮੈਂ ਹੁਣ ਮਤਲਬ ਮੈਂ ਸਿਰਫ ਆਪਣੇ ਆਪ ਨੂੰ ਆਹ ਕਹਿੰਦੀ ਹਾਂ ਕਿ ਮੈਂ ਆਪਣਾ 100% ਦਊਂ ਮੇਰਾ 200% ਵੀ ਲੈ ਲਓ ਭਾਵੇਂ ਹੈ ਨਾ ਕਿ ਮਤਲਬ ਮੈਂ ਲਿਖੂੰਗੀ ਮੈਂ ਉਹਨੂੰ ਦੇਖੂੰਗੀ ਮੈਂ ਉਹਨੂੰ ਬੱਚੇ ਦੀ ਤਰ੍ਹਾਂ ਪਾਲ ਪੋਸ ਕੇ ਬੜਾ ਕਰੂੰਗੀ ਹੁਣ ਉਹ ਬੱਚਾ ਭਾਵੇਂ ਅੱਗੇ ਜਾ ਕੇ ਨਲਾਇਕ ਨਿਕਲੇ ਭਾਵੇਂ ਉਹ ਬੱਚਾ ਟੋਪਰ ਨਿਕਲੇ ਬੱਚਾ ਤਾਂ ਮੇਰਾ ਸੋ ਮੈਂ ਹੁਣ ਮੈਂ ਉਹਦੇ ਪਰ ਨਹੀਂ ਮਤਲਬ ਮੈਂ ਉਹਦੇ ਪਰ ਨਹੀਂ ਕੱਟਦੀ ਕਿ ਤੂੰ ਇੰਜੀਨੀਅਰ ਹੀ ਬਣਨਾ ਤੂੰ ਡਾਕਟਰ ਹੀ ਬਣਨਾ ਤੂੰ ਆਹੀ ਕਰਨਾ ਤੂੰ ਜੋ ਵੀ ਬਣ ਤੂੰ ਮੇਰਾ ਹੀ ਇੱਕ ਇੱਕ ਮੇਰੇ ਦਿਲ 'ਚੋਂ ਸਵਾਲ ਨਿਕਲ ਕੇ ਆ ਰਿਹਾ ਹੁਣੇ ਹੁਣੇ ਕਿ ਯੂ ਨੋ ਪ੍ਰੋਡਿਊਸਰ ਬਣ ਕੇ ਸਾਡੇ ਕੋਲ ਬਹੁਤ ਕੁਛ ਆ ਜਾਂਦਾ ਆ ਸਾਡੇ ਕੋਲ ਲੋਕਾਂ ਦੀ ਨੈਕਸਟ ਲੈਵਲ ਪੋਜ਼ਿਟਿਵਿਟੀ ਆ ਜਾਂਦੀ ਆ ਹੈ ਨਾ ਸਮਾਈਲ ਸਾਨੂੰ ਪੁਸ਼ ਕਰਦੀ ਆ ਉਹਨਾਂ ਦੀ ਹੋਰ ਫਿਲਮਸ ਕੰਟੈਂਟ ਸ਼ੋਜ਼ ਪ੍ਰੋਡਿਊਸ ਕਰਨ ਦੀ ਪੈਸਾ ਖੁੱਲ੍ਹ ਕੇ ਆ ਜਾਂਦਾ ਆ ਓਬਵੀਅਸਲੀ ਪੈਸਾ ਇੱਕ ਚੀਜ਼ ਹੀ ਆ ਉਹ ਆਉਣੀ ਹੀ ਆਉਣੀ ਆ ਕਿਉਂਕਿ ਤੁਸੀਂ ਪੈਸਾ ਲਾਇਆ ਆ ਤਾਂ ਕੋਈ ਹੁੰਦਾ ਕਿ ਜਿੱਥੋਂ ਤੁਹਾਨੂੰ ਪੈਸਾ ਰਿਟਰਨ ਆ ਜਾਵੇ ਤਾਂ ਸਰਗੁਣ ਦੀ ਕਿਸਮਤ 'ਚ ਬਹੁਤ ਅੱਛੀ ਰਹੀ ਆ ਟੱਚ ਵੁੱਡ ਕਿ ਪੈਸਾ ਲਾਇਆ ਤਾਂ ਆਇਆ ਹੀ ਆ ਕਿਤੇ ਉਹ ਨਹੀਂ ਗਿਆ ਕਿ ਚੱਲ ਬਈ ਕਿਤੇ ਹੈ ਨਾ ਵੀ ਚਲੋ ਡੁੱਬ ਗਿਆ ਹੋਵੇ ਆਪਾਂ ਬਸ ਦੱਸਦੇ ਨਹੀਂ ਸਾਨੂੰ ਲੱਗਦਾ ਨਹੀਂ ਮੈਨੂੰ ਐਂ ਲੱਗਦਾ ਨਹੀਂ ਲੱਗਦਾ ਮੈਨੂੰ ਐਂ ਲੱਗਦਾ ਕਿ ਮਤਲਬ ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ ਪ੍ਰੋਡਿਊਸਰ ਬਣ ਕੇ ਹਰ ਇੱਕ ਚੀਜ਼ ਸਰਗੁਣ ਮੈਨੂੰ ਦੱਸਿਓ ਕਿ ਜਦੋਂ ਤੁਹਾਡੇ ਕੋਲ ਪੈਸਾ ਆਉਂਦਾ ਸਭ ਕੁਛ ਆ ਜਾਂਦਾ ਆ ਜਾਂ ਪੈਸਾ ਦੇ ਨਾਲ ਸਭ ਕੁਛ ਨਹੀਂ ਆਉਂਦਾ ਕਿਹੜੀ ਚੀਜ਼ ਆਉਂਦੀ ਹੈ ਕਿਹੜੀ ਚੀਜ਼ ਨਹੀਂ ਆਉਂਦੀ ਮੈਨੂੰ ਲੱਗਦਾ ਹੈ ਜੇ ਪੈਸੇ ਨੂੰ ਕਮਾ ਕੇ ਅਕਲ ਨਹੀਂ ਆਈ ਤਾਂ ਫਿਰ ਪੈਸਾ ਵੀ ਨਹੀਂ ਆਇਆ ਹੈ ਨਾ ਬਹੁਤ ਜ਼ਰੂਰੀ ਗੱਲ ਆ ਕਿ ਮੈਂ ਉਦਣ ਆਪਾਂ ਕੋਈ ਗੱਲ ਕਰਦੇ ਸੀ ਉਹਨੇ ਮੈਨੂੰ ਕਿਸੇ ਨੇ ਮੈਨੂੰ ਕਿਹਾ ਮੈਂ ਤਾਂ ਗੱਡੀ ਨਹੀਂ ਲਈ ਹੋਈ ਮੈਂ ਤਾਂ ਹੈ ਨਾ ਮੰਮੀ ਨੂੰ ਫੋਨ ਕਰਦੀ ਮੰਮੀ ਕੋਈ ਗੱਡੀ ਖੜੀ ਆ ਭੇਜ ਦਿਓ ਸ਼ੂਟ ਤੋਂ ਫੋਨ ਕਰਦੇ ਹਾਂ ਤਾਂ ਮੈਨੂੰ ਮੇਰੇ ਟੀਮ ਵਾਲੇ ਡਾਂਟ ਰਹੇ ਸੀ ਸਾਰਿਆਂ ਨਾਲ ਮੇਰਾ ਬ੍ਰਦਰ ਵੀ ਕਹਿੰਦਾ ਤੂੰ ਯਾਰ ਪੰਜਾਬ 'ਚ ਫਿਲਮਾਂ ਕਰਦੀ ਹੈ ਤੂੰ ਆਹ ਕਰਦੀ ਹੈ ਤੂੰ ਆਪਦੇ ਲਈ ਗੱਡੀ ਨਹੀਂ ਲੈਂਦੀ ਮੈਂ ਕਿਹਾ ਨਹੀਂ ਦੇਖ ਮੈਂ ਜੇ ਗੱਡੀ ਦੇ ਪੈਸੇ ਇੱਥੇ ਪਾਉਂਗੀ ਤਾਂ ਉਹ ਇੰਨੇ ਗੁਣਾ ਹੋਣਗੇ 5 ਸਾਲਾਂ 'ਚ ਇੰਨੇ ਗੁਣਾ ਹੋਣਗੇ ਸਿਰਫ ਦਿਮਾਗ ਖਰਾਬ ਹੈ ਆਏ ਤਾਂ ਤੂੰ ਕਿਸੇ ਨੂੰ ਕੋਈ ਆਏ ਤਾਂ ਤੂੰ ਕੁਛ ਵੀ ਨਹੀਂ ਲਏਂਗੀ ਖਾਣਾ ਵੀ ਨਹੀਂ ਖਾ ਕਿ ਪੈਸੇ ਇੰਨੇ ਵਰਤ ਜਾਣਗੇ ਮੈਂ ਕਿਹਾ ਹਾਂ ਯਾਰ ਗਲਤ ਤਾਂ ਹੈਗੀ ਮੇਰੀ ਗੱਲ ਬਟ ਮੈਨੂੰ ਹੁੰਦਾ ਹੈ ਕਿ ਹੁਣ ਇੰਨੀ ਮਿਹਨਤ ਕਰਕੇ ਕਮਾਏ ਆ ਨਾ ਤਾਂ ਕਿਸੇ ਵੀ ਚੀਜ਼ 'ਚ ਲਾਉਣ ਤੋਂ ਪਹਿਲਾਂ ਬੰਦਾ 100 ਵਾਰੀ ਸੋਚਦਾ ਹੈ ਅਤੇ ਜਾਂਦੇ ਵੀ ਬੜੀ ਤੇਜ਼ੀ ਨਾਲ ਹੈ ਜਿੰਨੀ ਤੇਜ਼ੀ ਨਾਲ ਆਉਂਦੇ ਉੱਨੀ ਤੇਜ਼ੀ ਨਾਲ ਜਾਂਦੇ ਵੀ ਹੈ ਸੋ ਤੁਸੀਂ ਜਿਹੜਾ ਆਇਆ ਹੈ ਉਹਨੂੰ ਕਿਵੇਂ ਯੂਟੀਲਾਈਜ਼ ਕਰਦੇ ਹੋ ਉਹਨੂੰ ਕਿਵੇਂ ਮਲਟੀਪਲਾਈ ਕਰਦੇ ਹੋ ਉਹਨੂੰ ਕਿਵੇਂ ਸੇਵ ਕਰਦੇ ਹੋ ਇਹ ਬਹੁਤ ਜ਼ਰੂਰੀ ਗੱਲ ਹੈ ਇੱਕ ਟਾਈਮ ਇੱਦਾਂ ਦਾ ਸੀਗਾ ਕਿ ਤੁਸੀਂ ਸਟੇਜ 'ਤੇ ਡਾਂਸ ਕਰਦੇ ਸੀਗੇ ਤੁਸੀਂ ਸ਼ਾਇਦ ਮੇਰੇ ਇੰਟਰਵਿਊ 'ਚ ਕਿਹਾ ਸੀਗਾ ਪਤਾ ਨਹੀਂ ਮੈਂ ਕਿਤੋਂ ਸੁਣ ਰਿਹਾ ਸੀਗਾ ਅਤੇ ਮੈਂ ਥੋੜ੍ਹੀ ਟੀਮ 'ਚ ਵੀ ਥੋੜ੍ਹਾ ਜਿਹਾ ਯੂਨੋ ਗੱਲ ਕਰਨ ਦੀ ਕੋਸ਼ਿਸ਼ ਕੀਤੀ ਐਂਡ ਥੋੜ੍ਹੀ ਜਰਨੀ ਬਾਰੇ ਨਾ ਮੈਨੂੰ ਥੋੜ੍ਹਾ ਜਿਹਾ ਅਲੱਗ ਪਤਾ ਲੱਗਿਆ ਕਹਿੰਦੇ ਜਦੋਂ ਸਰਗੁਣ ਟੀ ਵੀ 'ਤੇ ਆਉਂਦੀ ਹੁੰਦੀ ਸੀਗੀ ਨਾ ਤਾਂ ਜਦੋਂ ਡਾਂਸ ਕਰਦੇ ਸੀਗੇ ਜਰਨੀ ਵੇਲੇ ਸਟਾਰਟਿੰਗ ਵੇਲੇ ਉਸ ਟਾਈਮ ਹੁੰਦਾ ਸੀਗਾ ਕਿ ਯਾਰ ਕੋਈ ਸਾਨੂੰ ਲੈ ਲਵੇ ਕੋਈ ਸਾਡੇ 'ਤੇ ਇਨਵੈਸਟ ਕਰ ਲਵੇ ਜਾਂ ਸਾਨੂੰ ਕੋਈ ਫਿਲਮ 'ਚ ਕੰਮ ਕਰ ਦੇਵੇ ਸਾਡੇ ਤੋਂ ਕੋਈ ਡਾਂਸ ਕਰਵਾ ਲਵੇ ਜੋ ਵੀ ਸਾਡਾ ਸ਼ੌਂਕ ਹੈਗਾ ਸਾਡੇ 'ਤੇ ਕੋਈ ਇੱਕ ਵਾਰ ਬਿਲੀਵ ਕਰਕੇ ਟਰੱਸਟ ਕਰਕੇ ਜਿਵੇਂ ਸਟਰਗਲਰਸ ਮਿਹਨਤ ਕਰਦੇ ਆ ਉੱਦਾਂ ਕੋਈ ਸਾਡੇ 'ਤੇ ਵਿਸ਼ਵਾਸ ਕਰ ਲਵੇ ਉਸ ਟਾਈਮ ਸਰਗੁਣ ਦੇ ਉੱਪਰ ਕੋਈ ਪੈਸਾ ਲਾਉਣਾ ਚਾਹੁੰਦਾ ਸੀਗਾ ਅੱਜ ਸਰਗੁਣ ਕਿਸੇ ਦੇ ਉੱਤੇ ਪੈਸਾ ਇਨਵੈਸਟ ਕਰਦੀ ਆ ਸਰਗੁਣ ਇਹਦੇ 'ਚ ਕਿੰਨਾ ਕੁ ਡਿਫਰੈਂਸ ਆ ਇਸ ਮਾਇੰਡਸੈਟ ਨੂੰ ਇਸ ਫੀਲਿੰਗ ਨੂੰ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਮੇਰੇ ਤਾਂ ਹਜੇ ਵੀ ਸੁਪਨੇ ਬਹੁਤ ਵੱਡੇ ਮੈਂ ਤਾਂ ਹਜੇ ਵੀ ਮੇਰੇ ਦਿਮਾਗ 'ਚ ਮੈਨੂੰ ਲੱਗਦਾ ਸਟਰਗਲਰ ਹੀ ਆਸ਼ਾ ਹੈ ਮੈਂ ਤਾਂ ਹਜੇ ਵੀ ਕਹਿੰਦੇ ਕੋਈ ਮਿੰਟ 'ਤੇ ਬਿਲੀਵ ਕਰੇ ਮੈਂ ਤਾਂ ਹੋਰ ਬਹੁਤ ਕੁਛ ਕਰ ਲੂੰਗੀ ਮੈਨੂੰ ਆਏ ਹੁੰਦਾ ਬਟ ਨਹੀਂ ਆਹ ਸਰਕਲ ਆਫ ਲਾਈਫ 'ਚ ਮੈਂ ਡੈਫੀਨੇਟਲੀ ਕੰਮ ਮੀਨ ਕਰਦੀ ਹਾਂ ਕਿ ਜਦੋਂ ਅਮਰਿੰਦਰ ਭਾਅ ਜੀ ਨੇ ਮੈਨੂੰ ਪਹਿਲਾਂ ਬ੍ਰੇਕ ਦਿੱਤਾ ਸੀ ਨਾ ਮੈਨੂੰ ਰਿਲਾਈਜ਼ ਹੋਇਆ ਮੈਂ ਉਸ ਟਾਈਮ 'ਤੇ ਕਹਿੰਦੀ ਸੀ ਕਿ ਯਾਰ ਨਵੀਂ ਕੁੜੀਆਂ 'ਤੇ ਬਿਲੀਵ ਤਾਂ ਕਰਨਾ ਚਾਹੀਦਾ ਨਵੇਂ ਮੁੰਡਿਆਂ 'ਤੇ ਨਵੀਂ ਕੁੜੀਆਂ 'ਤੇ ਹਰ ਇੰਡਸਟਰੀ 'ਚ ਕਰਨਾ ਚਾਹੀਦਾ
ਤੇ ਇੱਥੇ ਵੀ ਜਦੋਂ ਮੈਂ ਸੀਰੀਅਲ 'ਚ ਮੇਰੀ ਕਾਸਟਿੰਗ ਹੁੰਦੀ ਆ ਕਿਤੇ ਵੀ ਹੁੰਦੀ ਆ, ਕਹਿੰਦੇ ਉਹਨੂੰ ਲੈ ਲਓ ਫਲਾਣੇ ਨੂੰ ਲੈ ਲਓ, ਹੈ ਨਾ। ਮੈਂ ਕਹਿੰਦੀ ਨਹੀਂ, ਪਹਿਲਾਂ ਆਪਾਂ ਆਡੀਸ਼ਨ ਹੋਲਡ ਕਰ, ਜੇ ਨਹੀਂ ਮਿਲਿਆ ਫਿਰ ਆਪਾਂ ਕਰ। ਮੈਂ ਕਿਹਾ ਜੇ ਜਿਹਨੇ ਨਾਂ ਬਣਾ ਲਿਆ ਉਹਨੂੰ ਤਾਂ ਬਹੁਤ ਕੰਮ ਮਿਲ ਹੀ ਰਿਹਾ, ਮੈਂ ਤਾਂ ਉਹਦੀ ਲਿਸਟ 'ਚ ਬਸ ਇੱਕ ਹੋਰ ਪ੍ਰੋਡਿਊਸਰ ਆ ਜਿਹਨੇ ਫੋਨ ਕੀਤਾ। ਅਤੇ ਅੱਗੋਂ ਬੰਦਾ ਕਹਿੰਦਾ ਵੀ ਉਹ ਕਿ ਦੱਸੋ ਪਲੀਜ਼, ਮੇਰੇ ਕੋਲ 4 ਕਾਲ ਆਲਰੇਡੀ ਨੇ, ਤੁਸੀਂ ਕਰਨਾ ਹੈ ਕਿ ਨਹੀਂ ਕਰਨਾ, ਹੈ ਨਾ। ਮੈਂ ਕਿਹਾ ਇਹੋ ਜਿਹੇ ਬਹੁਤ ਬੰਦੇ ਆ ਜਿਹਨਾਂ ਨੂੰ ਚਾਹੀਦਾ ਆ ਕੰਮ, ਮੈਂ ਪਹਿਲਾਂ ਉਹਨਾਂ ਦੇ ਕੋਲ ਜਾਊਂਗੀ। ਇਨਫੈਕਟ ਇੱਕ ਆਰਟਿਸਟ ਨੇ ਨਾ ਵਿੱਚ 5 ਦਿਨਾਂ ਬਾਅਦ ਜਾਂ 6 ਦਿਨ ਬਾਅਦ ਸਾਨੂੰ ਕਹਿਤਾ, ਮੇਨ ਰੋਲ 'ਚ ਨਹੀਂ ਸੀ ਕਿਸੇ ਹੋਰ ਰੋਲ 'ਚ, ਕਿ ਮੈਮ ਬਹੁਤ ਜ਼ਿਆਦਾ ਨਾ ਮੈਨੂੰ ਸਟ੍ਰੈਸ ਹੋ ਰਿਹਾ, ਬਹੁਤ ਓਵਰਵਰਕ ਹੋ ਰਿਹਾ ਹੈ, ਮੈਨੂੰ ਤਾਂ ਐਂ ਦਰਦ ਹੋ ਰਿਹਾ, ਮੈਨੂੰ ਤਾਂ ਉਹ ਦਰਦ ਹੋ ਰਿਹਾ। ਸੋ ਮੈਂ ਕਿਹਾ ਤੁਹਾਨੂੰ ਗੱਲ ਪਹਿਲਾਂ ਨਹੀਂ ਪਤਾ ਸੀ ਸੀਰੀਅਲ ਸ਼ੁਰੂ ਹੋਣ ਤੋਂ ਪਹਿਲਾਂ ਕਿ ਇੰਨਾ ਕੰਮ ਹੋਊਗਾ? ਮੈਂ ਕਿਹਾ ਕੰਮ ਤਾਂ ਹੋਊਗਾ ਯਾਰ, ਕੰਮ ਕਰੇ ਬਿਨਾਂ ਅੱਜ ਤੱਕ ਕਿੰਨੇ ਪੈਸਾ, ਫੇਮ, ਪੈਸਾ ਕੰਮ ਕਰੇ ਬਿਨਾਂ ਨਹੀਂ ਮਿਲਦਾ, ਇੰਨਾ ਕੰਮ ਕਰਨਾ ਪੈਂਦਾ ਹੈ। ਮੈਂ ਕਿਹਾ ਸਾਰੇ ਕਰ ਰਹੇ, ਤੁਸੀਂ ਅਨੋਖੇ ਨਹੀਂ ਹੋ, ਨਹੀਂ ਫਿਰ ਮੈਂ ਐਂ ਕਿਵੇਂ ਕਰੂੰਗੀ, ਮੈਂ ਉਹ ਕਿਵੇਂ ਕਰੂੰਗੀ। ਮੈਂ ਕਿਹਾ ਆਹ ਗੱਲਾਂ ਤੁਹਾਨੂੰ ਪਹਿਲਾਂ ਸੋਚਣੀਆਂ ਚਾਹੀਦੀਆਂ ਸੀ। ਮੈਂ ਕਿਹਾ 2 ਲੱਖ ਬੰਦਾ ਰੋਜ਼ ਆਡੀਸ਼ਨ ਕਰਦਾ, ਮੈਂ ਕਿਹਾ ਉਹਦੇ 'ਚੋਂ ਕਿੰਨੇ ਬੰਦੇ ਦਾ ਕੰਮ ਤੁਸੀਂ ਖਾ ਲਿਆ ਸਿਰਫ ਇਸ ਮੁਕਾਮ 'ਤੇ ਆ ਕੇ ਅੱਜ ਰਿਪਲੇਸ ਹੋਣ। ਮੈਂ ਕਿਹਾ ਕਿਸੇ ਹੋਰ ਕੁੜੀ ਜਿਹੜਾ ਆ ਜੈਨੂਇਨ ਪੈਸ਼ਨ ਹੁੰਦਾ ਨਾ, ਜਿਹਨੂੰ ਜੈਨੂਇਨਲੀ ਆ ਚਗਾ ਚਾਹੀਦੀ ਸੀ। ਮੈਨੂੰ ਤਾਂ ਜੇ ਕੋਈ ਨਵਾਂ ਐਕਟਰ ਹੋਵੇ ਭਾਵੇਂ ਪੁਰਾਣਾ ਐਕਟਰ ਹੋਵੇ, ਜੇ ਮੈਨੂੰ ਲੱਗਦਾ ਕਿ ਉਹਦਾ ਐਟੀਟਿਊਡ ਆਇਆ ਕਿ ਮਿਲਦਾ ਹੈ, ਮਿਲੇ ਨਾ ਮਿਲੇ ਨਾ ਮਿਲੇ, ਮੈਂ ਹਮੇਸ਼ਾ ਕਹਿੰਦੀ ਹਾਂ, ਮੈਂ ਕਿਹਾ ਜੇ ਕਿੰਨੇ ਵੀ ਵਧੀਆ ਨੇ ਇਹਨਾਂ ਨੂੰ ਰਹਿ, ਮੈਂ ਕਿਹਾ ਇਹਨਾਂ ਨੂੰ ਲੋੜ ਨਹੀਂ। ਮੈਂ ਕਿਹਾ ਉਹਨੂੰ ਲੈ ਕੇ ਆਓ ਜਿਹਨੂੰ ਲੋੜ ਆ, ਜੋ ਕਵੇ ਕਿ ਯਾਰ ਮੈਂ ਆਪਦਾ ਸਾਰਾ ਕੁਛ ਦਾਅ ਤੇ ਲਾ ਦੂੰਗਾ, ਬਸ ਮੈਂ ਇਹਨੂੰ ਚਮਕਾਉਣਾ। ਬਿਊਟੀ ਵਿਦ ਬ੍ਰੇਨ, ਇਟਸ ਵੈਰੀ ਇੰਪੋਰਟੈਂਟ। ਜਦੋਂ ਮੈਂ ਆਪਦੀ ਫਿਲਮਾਂ ਦੇ ਸੈੱਟ ਤੇ ਜਾਂਦੀ ਹਾਂ, ਮੈਂ ਆਹ ਨਹੀਂ ਕਹਿੰਦੀ ਕਿ ਅੱਛਾ ਹਾਂ ਉਹ ਅੱਛਾ ਚੱਲੀ ਚੱਲੀ ਨਹੀਂ ਚੱਲੀ ਨਹੀਂ ਚੱਲੀ, ਮੈਂ ਤਾਂ ਖੂਨ ਸੁਕਾਉਂਦੀ ਹਾਂ ਆਪਦਾ, ਮੈਨੂੰ ਐਂ ਲੱਗਦਾ ਆਹ ਨਾ ਚੱਲੀ ਫਿਰ ਕੀ ਹੋ ਜੂਗਾ। ਸੋ ਆਈ ਲਾਈਕ ਦੈਟ ਐਟੀਟਿਊਡ, ਤਾਂ ਮੈਂ ਉਹੀ ਲੋਕਾਂ ਨੂੰ ਆਪਦੇ ਨਾਲ। ਮੈਨੂੰ ਨਾ ਕਿਸੇ ਕੁੜੀ ਨੇ ਇਹ ਗੱਲ ਕਹੀ ਸੀਗੀ, ਜਦੋਂ ਤੁਸੀਂ ਉਡਾਰੀਆ ਪ੍ਰੋਡਿਊਸ ਕੀਤਾ ਸੀਗਾ, ਜਦੋਂ ਥੋੜ੍ਹੇ ਟਾਈਮ ਬਾਅਦ ਪਤਾ ਲੱਗਿਆ ਕਿ ਇਹਦੇ ਪ੍ਰੋਡਿਊਸਰ ਸਰਗੁਣ ਮਹਿਤਾ ਆ, ਤਾਂ ਫਿਰ ਉਹ ਇੱਕ ਜਿਹੜੀ ਕੁੜੀ ਸੀਗੀ ਨਾ, ਉਹ ਮਤਲਬ ਕਿ ਮੀਡੀਓਕਰ ਫੈਮਿਲੀ ਤੋਂ ਬਿਲੋਂਗ ਕਰਦੀ ਸੀਗੀ, ਜਿਵੇਂ ਨੋਰਮਲ ਹੈ ਨਾ, ਸ਼ਹਿਰਾਂ 'ਚੋਂ ਪਿੰਡਾਂ 'ਚੋਂ ਉੱਠ ਕੇ ਕੁੜੀ ਸੀਗੀ। ਤਾਂ ਆਪਾਂ ਬੈਠੇ ਸੀਗੇ ਅਤੇ ਕਹਿੰਦੇ ਵੀ ਇਸ ਇੰਡਸਟਰੀ ਦੇ ਵਿੱਚ ਅਕਸਰ ਮੁੰਡੇ ਹੀ ਕਾਮਯਾਬ ਹੁੰਦੇ ਮੈਂ ਦੇਖੇ ਆ, ਭਾਵੇਂ ਪ੍ਰੋਡਿਊਸਰ ਪੱਖੋਂ ਲਾ ਲਓ, ਯੂਨੋ ਕਾਸਟਿੰਗ ਪੱਖੋਂ ਲਾ ਲਓ, ਜਾਂ ਪੰਜਾਬ 'ਚ ਸਪੈਸ਼ਲੀ ਵੀ ਬੋਲੀਵੁੱਡ 'ਚ ਹਿੰਦੀ ਸਿਨੇਮਾ, ਕਿਉਂਕਿ ਸਿਨੇਮਾ ਬਹੁਤ ਵੱਡਾ ਆ, ਉੱਥੇ ਚੱਲਦਾ ਰਹਿੰਦਾ, ਮਿਕਸਚਰ ਹੁੰਦਾ ਹਰ ਇੱਕ ਫੀਮੇਲ ਮੇਲਸ ਦਾ। ਤਾਂ ਕਹਿੰਦੇ ਇੱਥੇ ਆਪਣੇ ਕੋਲ ਸਰਗੁਣ ਨੂੰ ਦੇਖ ਕੇ ਨਾ ਪਤਾ ਨਹੀਂ ਇੱਦਾਂ ਫੀਲ ਹੁੰਦਾ ਆ ਕਿ ਯਾਰ ਵੀ ਨਹੀਂ, ਇੰਡਸਟਰੀ ਇੰਨੀ ਮਾੜੀ ਨਹੀਂ ਹੈਗੀ, ਜਾਂ ਇੰਡਸਟਰੀ ਜਿੱਦਾਂ ਦਿਖਦੀ ਆ ਉੱਦਾਂ ਨਹੀਂ ਹੈਗੀ, ਵੀ ਇੱਕ ਕੁੜੀ ਨੇ ਆਪਦੇ ਦਮ 'ਤੇ ਉੱਠ ਕੇ ਇੰਨਾ ਕੁਛ ਕਰ ਰਹੀ ਆ, ਉਹ ਪ੍ਰੋਡਿਊਸ ਕਰ ਰਹੀ ਆ, ਐਕਟ ਕਰ ਰਹੀ ਆ, ਹੈ ਨਾ। ਮੇ ਬੀ ਸ਼ਾਇਦ ਉਹਨੇ ਇਹ ਵੀ ਗੱਲ ਕਹੀ ਸੀਗੀ ਜਿਹੜੀ ਮੈਨੂੰ ਬਹੁਤ ਪਿਆਰੀ ਲੱਗੀ, ਕਹਿੰਦੇ ਤੁਸੀਂ ਪਲੀਜ਼ ਪੁੱਛੋ ਕਿ ਉਹ ਜਦੋਂ ਇਕੱਲੇ ਹੋਣਗੇ ਨਾ ਉਹ ਲਿਖਦੇ ਵੀ ਹੋਣਗੇ। ਤਾਂ ਮੈਂ ਇੱਦਾਂ ਲੱਗਦਾ ਆ ਵੀ ਕਹਿੰਦੇ, ਕਿਉਂਕਿ ਮੈਨੂੰ ਐਂ ਲੱਗਦਾ ਕਿ ਜਿਹੜੇ ਬੰਦੇ ਜ਼ਿਆਦਾ ਕੰਮ ਕਰਦੇ ਆ ਨਾ, ਉਹ ਸੋਚਦੇ ਬਹੁਤ ਆ, ਜੇ ਉਹ ਸੋਚਦੇ ਆ ਤਾਂ ਉਹ ਕਿਤੇ ਨਾ ਕਿਤੇ ਸ਼ਬਦਾਂ ਨੂੰ ਥੋੜ੍ਹਾ ਜਿਹਾ ਯੂਨੋ ਲਿਖਦੇ ਵੀ ਹੋਣਗੇ, ਕੁਛ ਵੀ ਲਿਖਣ, ਕੁਛ ਵੀ ਕਰਨ, ਬਟ ਉਹਨਾਂ ਦੀ ਡੈਡੀਕੇਸ਼ਨ, ਉਹਨਾਂ ਦੀ ਪੈਸ਼ਨੇਟ ਜਿਸ ਤਰੀਕੇ ਨਾਲ ਉਹ ਕੰਮ ਨੂੰ ਲੈ ਕੇ ਹੈਗੇ ਆ, ਤਾਂ ਮੈਨੂੰ ਐਂ ਲੱਗਦਾ ਕਿ ਸਾਡੀ ਇੰਡਸਟਰੀ 'ਚ ਇਹ ਜਿਹੜੀ ਮਿੱਥ ਬਣੀ ਹੋਈ ਸੀ ਕਿ ਕੁੜੀਆਂ ਨਹੀਂ ਅੱਗੇ ਆ ਸਕਦੀਆਂ, ਜਾਂ ਕੁੜੀਆਂ ਇਸ ਇੰਡਸਟਰੀ ਦਾ ਕੰਮ ਨਹੀਂ ਸੰਭਾਲ ਸਕਦੀਆਂ, ਪ੍ਰੋਡਿਊਸਰ ਦੀ ਬਣ ਸਕਦੀਆਂ, ਜਾਂ ਯੂਨੋ ਜੋ ਵੀ ਪ੍ਰੀ ਵਰਕ ਹੁੰਦਾ ਆ ਫਿਲਮ ਦਾ ਉਹ ਨਹੀਂ ਗਾ ਸਕਦੀਆਂ, ਕਿਹੜੇ ਪਰ ਸਰਗੁਣ ਨੇ ਉਹ ਪ੍ਰੂਫ ਕਰਤਾ। ਨਹੀਂ ਯਾਰ, ਕੁੜੀਆਂ ਕੁਛ ਵੀ ਕਰ ਸਕਦੀਆਂ, ਜਦੋਂ ਕੋਈ ਟਰਾਈ ਕਰਨ ਲੱਗ ਜਾਏ ਨਾ, ਉਹ ਆਪਣੇ ਆਪ ਕੁਛ ਨਾ ਉਹ ਰਾਹ ਕੱਢ ਲੈਂਦਾ, ਕੁੜੀ ਮੁੰਡਾ ਕੋਈ ਵੀ ਹੋਵੇ ਉਹਨੇ ਰਾਹ ਬਣਾ ਹੀ ਲੈਣਾ। ਇੰਡਸਟਰੀ ਥੋੜ੍ਹੀ ਕਿਸੇ ਨੂੰ ਰੋਕ ਰਹੀ ਹੈ, ਤੁਸੀਂ ਥੋੜ੍ਹੀ ਕੱਲ੍ਹ ਨੂੰ ਕੋਈ ਫੀਮੇਲ ਐਂਕਰ ਆ ਜਾਊਗੀ, ਤੁਸੀਂ ਰੋਕ ਲਓਗੇ? ਯੈਸ, ਓਬਵੀਅਸਲੀ ਕੋਈ ਕਿਸੇ ਨੂੰ ਨਹੀਂ ਰੋਕਦਾ, ਸਾਡੇ ਦਿਮਾਗ ਦੀ ਉਪਜ ਹੁੰਦੀ ਆ,
ਆਪਾਂ ਲੋਕਾਂ ਦਾ ਸ਼ੋਰ ਬੰਦ ਕਰਕੇ ਨਾ ਸਿਰਫ ਆਪਣਾ ਕੰਮ ਕਰਨਾ, ਕਿਸੇ ਨੂੰ ਕੋਈ ਫਰਕ ਨਹੀਂ ਤੁਸੀਂ ਕੁੜੀ ਹੋ ਭਾਵੇਂ ਮੁੰਡਾ, ਤੁਸੀਂ ਕੰਮ ਕਰੋ, ਇਫ ਯੂ ਆਰ ਗੁੱਡ ਐਟ ਵਾਟ ਯੂ ਡੂ ਦੇ ਵਿਲ ਗਿਵ ਯੂ ਦ ਜੋਬ। ਯੈਸ ਐਂਡ ਸਰਗੁਣ, ਇੱਕ ਫਿਲਮ ਦੀ ਤਾਂ ਹਮੇਸ਼ਾ ਗੱਲ ਆਈ ਥਿੰਕ ਥੋੜ੍ਹਾ ਨਾਲ ਇੰਟਰਵਿਊ 'ਚ ਹੁੰਦੀ ਹੋਏਗੀ ਜਿਹੜੀ ਉਹਨੂੰ ਤੁਹਾਡੇ ਸਟਾਰਟਅਪ ਦੀ ਅਮਰਿੰਦਰ ਭਾਅ ਜੀ ਵਾਲੀ, ਲੋਕ ਕਹਿੰਦੇ ਕਿ ਸਰਗੁਣ ਕੁਛ ਵੀ ਕਰ ਸਕਦੀ ਆ, ਪਰ ਸਾਨੂੰ ਹੁਣ ਕੁਛ ਵੀ ਜੋ ਕਰ ਰਹੀ ਉਹ ਪਸੰਦ ਆ ਰਿਹਾ, ਪਰ ਜਿਹੜਾ ਉਹਨੇ ਕੁਛ ਕੀਤਾ ਹੋਇਆ ਉਹ ਦੁਬਾਰਾ ਕਦੋਂ ਕਰੂਗੀ? ਮਤਲਬ ਕਿ ਸੀਕੁਐਲਸ ਆਪਣੀ ਫਿਲਮਸ ਦੇ ਕਦੋਂ ਤੋਂ ਯੂ ਨੋ ਸੋਚਦੇ ਹੈਗੇ ਨੇ ਉਹ, ਜਾਂ ਇੱਦਾਂ ਦੀ ਪਲੈਨਿੰਗ ਚੱਲ ਰਹੀ ਹੁੰਦੀ ਆ ਉਹਨਾਂ ਦੀ ਜ਼ਿੰਦਗੀ 'ਚ, ਜਿਵੇਂ ਅੰਗਰੇਜ਼ 2 ਬਾਰੇ ਹੋ ਗਈ ਜਾਂ ਜਦੋਂ ਬਾਕੀ ਫਿਲਮਸ ਬਾਰੇ ਹੋ ਗਈ, ਜਿਹੜੀਆਂ ਮਤਲਬ ਕਿ ਲੱਗਦਾ ਕਿ ਲੋਕਾਂ ਨੂੰ ਬੜਾ ਟੱਚ ਕਰਦੀਆਂ ਨੇ ਕਿਉਂਕਿ ਇਮੋਸ਼ਨਸ ਨੇ ਉਹ ਬਿਆਨ ਕਰਦੇ ਆ। ਫਿਲਮਾਂ ਤਾਂ ਦੇਖੋ ਅਮਰਿੰਦਰ ਭਾਅ ਜੀ ਦੇ ਹੱਥ 'ਚ ਨੇ, ਬਟ ਜਿਹੜੀ ਮੇਰੀ ਹੱਥ 'ਚ ਹੈ ਫਿਲਮ ਉਹਦਾ ਸੀਕੁਅਲ ਆ ਰਿਹਾ। ਸੌਕਣ ਸੌਕਣੇ 2 ਦਾ ਗ੍ਰੇਟ ਐਂਡ ਲੁਕਿੰਗ ਫਾਰਵਰਡ ਟੂ ਇਟ। ਐਂਡ ਮੈਨੂੰ ਲੱਗਦਾ ਕਿ ਹਰ ਇੱਕ ਕਨਵਰਸੇਸ਼ਨ ਵੀ ਬਿੰਦੂ ਬਹੁਤ ਪਸੰਦ ਹੈ, ਮੈਂ ਬਹੁਤ ਇੰਜੋਏ ਕਰਦਾ। ਥੈਂਕ ਯੂ ਸੀਰੀਅਸਲੀ, ਇਹ ਆਈ ਥਿੰਕ ਇਹ ਪੋਜ਼ਿਟਿਵਿਟੀ ਦਾ ਸਾਈਨ ਹੈ ਸਰਗੁਣ।